ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰਿਓ ਤੇ ਘੰਟੀ ਦਾ ਬਟਨ ਵੀ ਦਬਾਇਓ ਜੀ ਅੱਜ ਮੈਂ ਇੱਕ ਹੋਰ ਸੌਖਾ ਜਿਹਾ ਡਿਜ਼ਾਈਨ ਦੱਸਾਂਗੀ ਜੀ ਤੁਹਾਨੂੰ ਇਹ ਡਿਜ਼ਾਈਨ ਆ ਜਿਹੜਾ ਬਹੁਤ ਪਿਆਰਾ ਲੱਗਦਾ ਪਾਇਆ ਹੋਇਆ ਆਪਾਂ ਇਹ ਸ਼ਾਲ ਮਫਲਰ ਕੋਟੀ ਜਾਕਟ ਕਿਸੇ ਵੀ ਚੀਜ਼ ਵਿੱਚ ਆਪਾਂ ਪਾ ਸਕਦੇ ਹਾਂ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਕਈ ਜਾਲੀ ਵਾਲਾ ਡਿਜ਼ਾਈਨ ਬਣਾਉਣਾ ਚਾਹੁੰਦੇ ਆ ਜਾਕਟ ਕੋਟੀ ਵਿੱਚ ਵੀ ਉਹ ਇਹ ਡਿਜ਼ਾਈਨ ਬਣਾ ਸਕਦੇ ਆ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਜੀ ਸ਼ੁਰੂ ਕਰਦੇ ਆ ਜੀ ਆਪਾਂ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ ਆਪਾਂ ਬਣਾਉਂਗੇ ਜੀ ਇਹਦਾ ਸਿੱਧਾ ਉਸ ਤੋਂ ਬਾਅਦ ਤਾਂ ਅੱਗੇ ਨੂੰ ਇੱਧਰ ਘੁਮਾਉਂਗੇ ਤਾਂ ਕੇ ਨੂੰ ਇੱਧਰ ਘੁਮਾ ਕੇ ਦੋ ਕੁੰਡਿਆਂ ਨੂੰ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬੁਣ ਲੈਣਾ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਬੁਣ ਕੇ ਜੀ ਆਪਾਂ ਨੇ ਇਹਨਾਂ ਨੂੰ ਕੁੰਡਿਆਂ ਨੂੰ ਥੱਲੇ ਨਹੀਂ ਸੀ ਲੈਣਾ ਆਹ ਕੁੰਡਾ ਪਿੱਛੇ ਕਰਕੇ ਜਿਹੜਾ ਆਹ ਕੁੰਡਾ ਅਗਲਾ ਇਹਨੂੰ ਆਪਾਂ ਨੇ ਫੇਰ ਦੁਬਾਰਾ ਬੁਣ ਲੈਣਾ ਇਸ ਤਰ੍ਹਾਂ ਦਿੰਦੇ ਨੂੰ ਕਿੰਨੇ ਵਣ ਜਾਣਗੇ ਜੀ ਇਹ ਫਿਰ ਆਪਾਂ ਨੇ ਤਾਂ ਅੱਗੇ ਨੂੰ ਅੱਗੇ ਘੁਮਾ ਕੇ ਦੋ ਕੁੰਡਿਆਂ ਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬੁਣ ਕੇ ਆ ਕੁੰਡਾ ਆਪਾਂ ਇੱਧਰ ਪਿੱਛੇ ਹਟਾ ਕੇ ਇਹਨੂੰ ਫੇਰ ਬੁਣ ਲੈਣ ਆਪਾਂ ਫੇਰ ਤਾਂ ਅੱਗੇ ਇੱਧਰ ਘੁਮਾ ਕੇ ਦੋ ਕੁੰਡਿਆਂ ਨੂੰ ਪਿਛਲੀ ਸਾਈਡ ਤੋਂ ਬੁਣ ਕੇ ਇਹ ਧਾਗੇ ਨੂੰ ਇੱਧਰ ਕਰਕੇ ਆਪਾਂ ਇਸ ਤਰ੍ਹਾਂ ਆਹ ਜਿਹੜਾ ਅਗਲਾ ਇਹਨੂੰ ਇਸ ਤਰ੍ਹਾਂ ਬੁਣ ਲੈਣਾ ਇੱਕ ਇੱਕ ਗੁੰਡਾ ਆਪਣਾ ਆਹ ਜਾਲੀ ਦੇ ਨਾਲ ਵਧੇ ਜਾਣਾ ਇਹ ਦੋ ਦੇ ਦੋ ਆਪਣੇ ਪੂਰੇ ਹੀ ਰਹਿਣੇ ਆ ਫੇਰ ਧਾਗਾ ਇੱਧਰ ਕਮ ਆਇਆ ਦੋ ਗੁੰਡੇ ਪਿਛਲੀ ਸਾਈਡ ਤੋਂ ਬੁਣੇ ਇਹ ਧਾਗੇ ਨੂੰ ਇੱਧਰ ਕਰਕੇ ਇਸ ਤਰ੍ਹਾਂ ਇਹਨੂੰ ਪਿੱਛੇ ਤੋਂ ਮੋੜ ਲੈਣਾ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਦੋ ਦੋ ਕੁੰਡਿਆਂ ਤੋਂ ਤਿੰਨ ਤਿੰਨ ਬਣਦੇ ਜਾਣੇ ਆ ਇੱਧਰ ਕਮਾ ਕੇ ਇਸ ਤਰ੍ਹਾਂ ਸਿੱਧਾ ਬੁਣਨਾ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਢਿੱਲਾ ਕੱਢਣਾ ਤਾਂ ਅੱਗੇ ਇਹਨੂੰ ਫਿਰ ਇਹਨੂੰ ਇੱਧਰ ਹਟਾ ਕੇ ਇਹਨੂੰ ਇਸ ਤਰ੍ਹਾਂ ਬੁਣ ਲੈਣਾ ਅਖੀਰ ਵਿੱਚ ਇੱਕ ਕੁੰਡਾ ਆ ਗਿਆ ਜੀ ਆਪਣਾ ਇਹਨੂੰ ਆਪਾਂ ਨੇ ਸਿੱਧਾ ਹੀ ਬੁਣ ਦੇਣਾ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਤੇ ਉਲਟੀ ਸਲਾਈ ਚ ਆਪਾਂ ਨੇ ਸ਼ੁਰੂ ਚ ਇੱਕ ਗੁੰਡਾ ਪਾ ਲੈਣਾ ਆਪਣਾ ਉਲਟਾ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਤਾਂ ਅੱਗੇ ਨੂੰ ਬਲ ਮਾਰ ਲੈਣਾ ਬਲ ਮਾਰ ਕੇ ਜਿਹੜੇ ਆ ਤਿੰਨ ਗੁੰਡੇ ਆ ਇਹਨਾਂ ਤਿੰਨਾਂ ਨੂੰ ਇਕੱਠਿਆਂ ਨੂੰ ਬੰਨ ਦੇਣਾ ਆਪਾਂ ਸਸਤਰ ਦੇਖੋ ਤਿੰਨ ਤੋਂ ਦੋ ਬਣ ਗਏ ਹੁਣ ਫੇਰ ਅੱਗੇ ਆਪਾਂ ਨੇ ਇਸ ਤਰ੍ਹਾਂ ਤਾਂ ਅੱਗੇ ਨੂੰ ਕਮਾਇਆ ਸਲਾਈ ਦੇ ਉੱਪਰ ਦੀ ਇਸ ਤਰ੍ਹਾਂ ਬਾਲ ਮਾਰ ਲਿਆ ਜਿਹੜੇ ਤਿੰਨ ਕੁੰਡੇ ਆ ਉਹਨਾਂ ਨੂੰ ਆਪਾਂ ਨੇ ਇਕੱਠਿਆਂ ਨੂੰ ਉਲਟੇ ਬੁਣ ਦੇਣਾ ਫੇਰ ਇਸ ਤਰ੍ਹਾਂ ਬਾਲ ਮਾਰਿਆ ਪਹਿਲਾਂ ਆਪਣੇ ਦੋ ਤੋਂ ਤਿੰਨ ਤਿੰਨ ਬਣ ਗਏ ਤੇ ਜੀ ਇਹ ਹੁਣ ਤਿੰਨ ਤੋਂ ਆਪਣੇ ਦੋ ਰਹਿ ਜਾਣੇ ਜਾਲੀ ਉਸੇ ਤਰ੍ਹਾਂ ਆਪਣੀ ਬਣਨੀ ਹੈ ਇਹ ਆ ਦੇਖੋ ਆ ਜਾਲੀ ਵਾਲਾ ਹੀ ਕੁੰਡਾ ਜਿਹੜੀ ਨਾਲ ਜਾਲੀ ਬਣਨੀ ਹੈ ਆ ਜਿਹੜੇ ਤਿੰਨ ਬੁਨੇ ਆਪਾਂ ਨੇ ਇਹਨਾਂ ਨੂੰ ਆਪਾਂ ਇਕੱਠਿਆਂ ਨੂੰ ਬੁਣ ਦੇਣਾ ਇੱਕ ਬਣ ਜਾਣਾ ਸਿੱਧੀ ਸਿਲਾਈ 'ਚ ਆਪਣਾ ਇੱਕ ਇੱਕ ਕੁੰਡਾ ਵੱਧ ਜਾਣਾ ਦੋ ਤੋਂ ਤਿੰਨ ਬਣ ਜਾਣੇ ਉਲਟੀ ਸਿਲਾਈ 'ਚ ਆਪਣੇ ਤਿੰਨ ਤੋਂ ਦੋ ਬਣ ਜਾਣੇ ਇਸ ਤਰ੍ਹਾਂ ਧਾਗਾ ਘਮਾ ਘਮਾ ਕੇ ਅਖੀਲਾ ਗੁੰਡਾ ਆਪਾਂ ਨੇ ਇਸ ਤਰ੍ਹਾਂ ਹੀ ਬੁਣ ਦੇਣਾ ਇੱਕ ਵਾਰੀ ਫੇਰ ਦੱਸਦੀ ਆ ਮੈਂ ਤੁਹਾਨੂੰ ਦੇਖੋ ਇੱਕ ਗੁੰਡਾ ਆਪਾਂ ਪਾਇਆ ਸਿੱਧਾ ਉਸ ਤੋਂ ਬਾਅਦ ਧਾਗਾ ਇੱਧਰ ਘੁਮਾਇਆ ਇਹ ਜਿਹੜੇ ਦੋ ਗੁੰਡੇ ਆ ਇਹਨਾਂ ਨੂੰ ਆਪਾਂ ਨੇ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਬੁਣ ਲੈਣਾ ਧਾਗਾ ਥੋੜਾ ਜਿਹਾ ਢਿੱਲਾ ਰੱਖਣਾ ਫਿਰ ਇਹਨੂੰ ਇੱਧਰ ਹਟਾ ਕੇ ਆ ਜਿਹੜਾ ਅਗਲਾ ਗੁੰਡਾ ਇਹਨੂੰ ਇਸ ਤਰ੍ਹਾਂ ਬੁਣਦੇ ਆ ਫੇਰ ਧਾਗਾ ਇੱਧਰ ਘੁਮਾਇਆ ਸਿੱਧੀ ਸਲਾਈ ਜ ਆਪਣੇ ਇਹ 2 ਤੋਂ 3-3 ਬਣ ਜਾਣਗੇ ਉਲਟੀ ਸਲਾਈ ਜ ਆਪਣੇ 3 ਤੋਂ 2 ਬਣ ਜਾਣਗੇ ਹੁਣ ਆਪਾਂ ਆ ਗਏ ਇਹਦੀ ਉਲਟੀ ਸਲਾਈ ਤੇ ਉਲਟੀ ਸਲਾਈ ਫੇਰ ਉਸੇ ਤਰ੍ਹਾਂ ਧਾਗਾ ਇਹਨਵੇਂ ਇਸ ਤਰ੍ਹਾਂ ਆਪਾਂ ਕਮਾ ਲਾਂ ਸਲਾਈ ਦੇ ਉੱਪਰ ਦੀ ਇਹ ਤਿੰਨ ਨੂੰ ਆਪਾਂ ਨੇ ਇਕੱਠੇ ਢੁਣ ਦੇਣਾ ਫੇਰ ਆਪਾਂ ਧਾਗਾ ਇਸ ਤਰ੍ਹਾਂ ਕਮਾਇਆ ਸਲਾਈ ਦੇ ਉੱਪਰ ਦੀ ਫੇਰ ਇਹ ਤਿੰਨ ਨੂੰ ਢੁਣਿਆ ਨੂੰ ਪੱਠੇ ਢੁਣ ਦੇਣਾ ਸਿੱਧੀ ਸਲਾਈ ਚ ਆਪਣੇ ਚੁੰਡੇ ਵੱਧ ਜਾਣੇ ਆ ਜੀ ਉਲਟੀ ਸਲਾਈ ਚ ਆਪਣੇ ਘਟ ਜਾਣੇ ਆ ਇਹ ਹੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ ਆਪਣਾ ਛਾਲ ਮਫਲਰ ਕੋਟੀ ਜਾਕਟ ਕਿਸੇ ਵੀ ਉਹਦੇ ਵਿੱਚ ਆਪਾਂ ਪਾ ਸਕਦੇ ਆ ਇਹਨੂੰ ਬਣ ਕੇ ਬਹੁਤ ਵਧੀਆ ਲੱਗਦਾ ਹੈ ਇਹ ਡਿਜ਼ਾਈਨ ਅਖੀਰ ਵਿੱਚ ਆਪਣੇ ਕੋਲ ਆ ਗਿਆ ਜੀ ਇੱਕ ਕੁੰਡਾ ਉਹਨੂੰ ਆਪਾਂ ਪੁੰਨ ਦਨੇ ਉਲਟਾ ਇਹ ਤੇਰਾ ਆਪਣਾ ਡਿਜ਼ਾਈਨ ਬਣ ਗਿਆ ਜੀ ਇਹ ਦੇਖੋ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਬਣਾਉਣ ਵਿੱਚ ਸੌਖਾ ਤੇ ਦੇਖਣ ਵਿੱਚ ਕਿੰਨਾ ਸੋਹਣਾ ਲੱਗਦਾ ਇਹ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾਉਣੇ ਸੀ ਆਪਾਂ ਇੱਕ ਕੁੰਡਾ ਸਿੱਧਾ ਰੱਖ ਕੇ ਉਸ ਤੋਂ ਬਾਅਦ ਆਪਾਂ ਨੇ ਤਾਂ ਗਾਗੇ ਘੁਮਾ ਕੇ ਇਹ 2 ਤੋਂ 3 ਗੁੰਡੇ ਬਣੇ ਜਾਣਗੇ ਉਲਟੀ ਸਲਾਈ ਚ ਆਪਣੇ ਉਹੀ 3 ਤੋਂ 2 ਬਣ ਜਾਣੇ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ